ਬਲਾਕ ਗੜਸ਼ੰਕਰ ਦੇ ਪਿੰਡ ਕਾਗੋ ਰੋੜਾਵਾਲੀ ਵਿਖੇ 32 ਸਾਲਾ ਨੌਜਵਾਨ ਪਰਮਜੀਤ ਸਿੰਘ ਦੀ ਕੁਝ ਲੋਕਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਖਬਰ ਪ੍ਰਾਪਤ ਹੈ। SHO ਗਗਨਦੀਪ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਕਤਲ ਦੀ ਘਟਨਾ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸੁਬਹ ਇੱਕ ਇਨਫੋਰਮੇਸ਼ਨ ਮਿਲੀ ਸੀ ਹਸਪੀਟਲ ਤੋਂ ਕਿ ਪਰਮਜੀਤ ਸਿੰਘ ਜਿਹੜਾ ਕਿ ਪਿੰਡ ਕਾਗੋ ਰੋੜਾਵਾਲੀ ਦਾ ਰਹਿਣ ਵਾਲਾ ਕਿ ਉਹਦੀ ਕਿਸੇ ਤੇਜ਼ਧਾਰ ਹਥਿਆਰ ਨਾਲ ਕਿਸੇ ਨੇ ਮਤਲਬ ਸੱਟ ਮਾਰੀ ਜਿਹਦੇ ਕਾਰਨ ਉਹਦੀ ਮੌਤ ਹੋ ਗਈ। ਜਿਸ ਸੰਬੰਧੀ ਅਸੀਂ ਮਤਲਬ ਜਿਹੜਾ ਇਸ ਸੰਬੰਧੀ ਕੇਸ ਰਜਿਸਟਰ ਕਰ ਰਹੇ ਮਰਡਰ ਦਾ ਕੇਸ ਰਜਿਸਟਰ ਕਰਕੇ ਜਿਹੜੇ ਵੀ ਬੰਦੇ ਹੈਗੇ ਆ ਉਹਦੇ ਖਿਲਾਫ ਕੁਛ ਬੰਦੇ ਸਾਡੇ ਆਈਡੈਂਟੀਫਾਈ ਕੀਤੇ ਉਹਨਾਂ ਦੇ ਖਿਲਾਫ ਦਰਜ ਕਰਕੇ ਅੱਗੇ ਕਾਰਵਾਈ ਹੋਈ ਆ ਉਸ 'ਤੇ ਧਿਆਨ। ਮੇਰਾ ਘਰ ਵਾਲਾ ਦੋਵੇਂ ਜੀ ਮੱਥਾ ਟੇਕਣ ਜਾਂਦੇ ਸੀਗੇ ਪਰਮਜੀਤ ਸਿੰਘ ਅਤੇ ਉੱਧਰੋਂ ਜੀ ਗੜਾਸੇ ਮਾਰੇ ਕਿਸੇ ਦੇ ਵਿੱਚ ਉਹਨਾਂ ਨੇ। ਕਿੰਨੇ ਕੁ ਵਜੇ ਦੀ ਗੱਲ ਹੈ? 12 ਕੁ ਵਜੇ ਦੀ ਗੱਲ ਹੈ। ਉਹਦੇ ਜੀ ਖੂਨੇ ਖੂਨ ਹੋ ਗਿਆ ਫਿਰ ਕਿਸੇ ਨੇ ਚੱਕਿਆ ਵੀ ਨਹੀਂ। ਕੌਣ ਸੀ ਗੜਾਸੇ ਮਾਰਨ ਵਾਲਾ? ਹਨੀ ਹੁਣੀ ਸੀਗੇ ਹਨੀ ਯਾਰ ਹੈ। ਕਿਹੜੇ ਪਿੰਡ ਦੇ? ਇੱਥੇ ਦੇ ਕਾਗੋ ਦੇ। ਤੁਹਾਡੇ ਪਿੰਡ ਦੇ? ਹਾਂਜੀ। ਉਸ ਤੋਂ ਬਾਅਦ ਫਿਰ ਕੀ ਹੋਇਆ? ਅਤੇ ਉਸ ਤੋਂ ਬਾਅਦ ਫਿਰ ਜੀ ਅਸੀਂ ਹਸਪਤਾਲ ਲੈ ਗਏ। ਹਸਪਤਾਲ ਜਾ ਕੇ ਫਿਰ ਉਹਨੇ ਜਵਾਬ ਦੇ ਦਿੱਤਾ ਉਹਨੇ ਪੱਟੀਆਂ ਪੁੱਟੀਆਂ ਕੀਤੀਆਂ ਮਾੜੀ ਮੋਟੀਆਂ ਉਹ ਕਹਿੰਦੇ ਜੀ ਉੱਥੇ ਲੈ ਲਓ ਜੀ ਰਾਜੇ ਦੇ ਜਾਦੂ ਹੈ।